एक कहानी एक मध्यवर्गीय परिवार की है। इस कहानी का नायक अमर सिंह बराड़ पिंड चक लोहारा विच जम्मिया पलिया। उसके पिता का नाम जरनैल सिंह, माता का नाम बलवीरो, छोटा भरा शिंदा। एक छोटा जा हसता वसता परिवार। अमर बीते हुए समय विचों जादा दियां तंदा नाल गुजरे हुए पलां नूं समेटदा होया ते उन्हां सोहणे पलां दा निघ फेर तो महसूस करता होया उन्हां पलां नूं याद करता है। जद बचपन विच एक दिन उह दोवें भरा एक गेंद बदले आपस विच लड़दे ते बापू थका हारा खेतां चों आ के उस लड़ाई नूं खत्म करन लई उह गेंद अमर कोलों छोटे भरा शिंदे नूं दे दिंदा है। हर वार दी तरह वह बीबा राणा घर का वड्डा ते समझदार बच्चा होण करके मां दी बुक्कल दे निघ नाल ही भरपूर हो जांदा। अमर सिंह ने गरीबी तो अमीरी का सफर अपने मां प्यो नाल बड़े ड्रामे नाल गुजारिया। उस पुराने घर दे विच गरीबी बेशक सी पर खुशियां दी घाट कदे महसूस नहीं सी होई। उन्हां दे घर दा विहड़ा सदा ही खुशियां नाल भरिया रहिंदा ते घर दे जीआं दे नाल चेहरियां ते सादगी प्यार ते खुशी दी झलक हमेशा रहिंदी। उस दी मां बलवीरो ते प्यो जैला इन्हां दा प्यार इंज जिवें दुध ते मलाई। बापू खेतां विच मेहनत करदा ते मां उहदे लई पत्ता लै के जांदी। जो भी हुंदा उस विच सारा परिवार सबर शुकर करदा। पर दुनिया दा एक कौड़ा सच ए पैसा। पैसा जद भी किसी घर विच बढ़िया है वह अपने नाल कलेश दुश्मनी ईरखा नाल ही लैके आउंदा है। ये रास तां किसी किसी नूं ही आउंदा है। खुशियां भरिया विहड़ा कद सोगमई माहौल विच बदल गया उसनूं बहुता समा ना लग्या ते इस पिछे की घटना कर्म हुंदा है आओ आपां देखते हैं इस कहानी विच। ਕਿੱਦਾਂ ਬੇਬੇ ਆ ਗਿਆ ਮੇਰਾ ਪੁੱਤ? ਹਾਂ ਬੇਬੇ ਮੈਂ ਆ ਗਿਆ। ਸਾਰਾ ਸਾਰਾ ਦਿਨ ਖੇਤਾਂ 'ਚ ਕਿੰਨੀ ਮਿਹਨਤ ਕਰਦਾ। ਲਿਆ ਭਾਗਵਾਂ ਦੇ ਦੋ ਪ੍ਰਸ਼ਾਦੇ, ਬੜੀ ਭੁੱਖ ਲੱਗੀ ਆ। ਅੱਜ ਤਾਂ ਥੱਕ ਗਿਆ। ਅੱਜ ਤਾਂ ਬਹੁਤੇ ਕੰਮ ਸੀ ਬਾਪੂ ਖੂਹ ਤੇ। ਉਹ ਛਿੰਦਾ ਵੀ ਆ ਗਿਆ। ਆ ਗਿਆ ਵੇਲੜਾ, ਕੁਛ ਸ਼ਰਮ ਨੂੰ ਹੱਥ ਮਾਰ। ਆਪਣੇ ਪਿਓ ਦੇ ਨਾਲ ਕੋਈ ਖੇਤੀ ਦਾ ਕੰਮ ਵੀ ਕਰਾ ਦਿਆ ਕਰ। ਆਪਣੇ ਵੱਡੇ ਭਰਾ ਅਮਰ ਵੱਲ ਵੇਖ, ਨਾਲੇ ਪੜ੍ਹਦਾ ਹੈ ਤੇ ਨਾਲੇ ਪਿਓ ਦੇ ਨਾਲ ਖੇਤੀ ਦਾ ਕੰਮ ਵੀ ਕਰਾਉਂਦਾ ਹੈ। ਲੈ ਮਾਂ, ਜਦ ਵੀ ਦੇਖ ਤੂੰ ਮੈਨੂੰ ਹੀ ਬੋਲਦੀ ਰਹਿੰਦੀ ਆ। ਅਵੀਰਾ ਤੇ ਬਾਪੂ ਤਾਂ ਮੈਨੂੰ ਕੁਝ ਵੀ ਨਹੀਂ ਕਹਿੰਦੇ। ਜਦ ਮੇਰੇ ਸਿਰ ਤੇ ਪਊ ਮੈਂ ਆਪੇ ਹੀ ਕੰਮ ਕਰ ਲੂੰ। ਹਜੇ ਤਾਂ ਬਾਪੂ ਤੇ ਵੀਰੇ ਦੇ ਸਿਰ ਤੇ ਐਸ਼ ਕਰਨੀ ਆ। ਸਵਾ ਐਸ਼ ਕਰਨੀ ਇਹਨੇ। ਚੱਲ ਮਾਤਾ ਛੱਡ, ਗੁੱਸਾ ਨਾ ਕਰਿਆ ਕਰ, ਆਪੇ ਵੱਡਾ ਹੋ ਕੇ ਸੁਧਰ ਜਾਊ। ਪਤਾ ਨਹੀਂ ਕਦੋਂ ਸੁਧਰਨਾ ਇਹਨੇ। ਅਮਰ ਦੇ ਬਾਪੂ, ਮੇਰੀ ਸਿਹਤ ਜੀ ਨਹੀਂ ਹੁਣ ਠੀਕ ਰਹਿੰਦੀ, ਨਾਲੇ ਹੁਣ ਮੇਰੇ ਤੋਂ ਘਰ ਦਾ ਕੰਮ ਵੀ ਨਹੀਂ ਹੁੰਦਾ। ਉੱਤੋਂ ਆਪਣਾ ਅਮਰ ਤਾਂ ਬਾਹਰ ਸੈੱਟ ਹੋਣ ਦੀ ਜਿੱਦ ਕਰੀ ਬੈਠਾ। ਅਮਰ ਤਾਂ ਬਾਹਰ ਸੈੱਟ ਹੋ ਕੇ ਹੀ ਵਿਆਹ ਕਰਾਊਗਾ। ਕਿਉਂ ਨਾ ਆਪਾਂ ਸ਼ਿੰਦੇ ਦੀ ਵਿਆਹ ਦੀ ਕਿਤੇ ਗੱਲ ਚਲਾਈਏ, ਨਾਲੇ ਮੈਂ ਵੀ ਨੂੰਹ ਦਾ ਮੁੱਖ ਦੇਖ ਲਊਂ।
ਤੇ ਨਾਲੇ ਮੇਰੇ ਧੀ ਵਾਲੇ ਚਾਅ ਵੀ ਪੂਰੇ ਹੋ ਜਾਣਗੇ। ਉਹ ਲੈ, ਮੇਰੇ ਪੁੱਤਾਂ ਨੂੰ ਕਿਤੇ ਸਾਕਾਂ ਦੀ ਕਮੀ ਆ, ਮੈਂ ਭਾਵੇਂ ਦੋਵਾਂ ਨੂੰ ਕੱਲ ਨੂੰ ਵਿਆਹ ਲਾਂ। ਆ ਆਪਣੀ ਗੁਆਂਢਣ ਮਿੰਦੋ ਰਿਸ਼ਤੇ ਰੁਸ਼ਤੇ ਕਰਾਉਂਦੀ ਆ, ਤੂੰ ਉਹਨੂੰ ਪੁੱਛ ਲਾ ਕੋਈ ਹੈਗਾ ਨਿਗਾਹ ਚ ਉਹਦੇ। ਇਹ ਤਾਂ ਤੁਸੀਂ ਠੀਕ ਕਹਿੰਦੇ ਹੋ, ਤੂੰ ਉਹਨੂੰ ਪੁੱਛ ਕੇ ਦੇਖ ਜੇ ਕੋਈ ਉਹਦੀ ਨਿਗਾਹ ਦੇ ਵਿੱਚ ਕੋਈ ਰਿਸ਼ਤਾ। ਜਦੋਂ ਮਿੰਦੋ ਭੈਣ ਜੀ ਮੇਰੇ ਕੋਲ ਆਊਗੀ ਤਾਂ ਮੈਂ ਉਹਦੇ ਨਾਲ ਜ਼ਰੂਰ ਗੱਲ ਚਲਾਉਂਗੀ। ਤੂੰ ਕਰ ਗੱਲ ਹਿੰਮਤ ਨਾਲ। ਠੀਕ ਆ ਬੇਬੇ। ਏ ਬੇਬੇ ਆਉਣੀ ਆ ਪੁੱਤ। ਆ ਗਿਆ ਤੂੰ ਛਿੰਦਿਆ, ਅੱਜ ਫੇਰ ਸ਼ਰਾਬ ਪੀ ਕੇ ਆਇਆ ਤੂੰ। ਮੈਂ ਕਿਹੜੀ ਸ਼ਰਾਬ ਪੀਤੀ ਬੇਬੇ, ਥੋੜੀ ਜਿਹੀ ਬੀਅਰ ਲਾਈ ਆ। ਉਹ ਸ਼ਰਮ ਨੂੰ ਹੱਥ ਮਾਰ, ਬੀਅਰ ਪੀਤੀ ਆ ਵੇ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਸਰਦਾਰਾ ਦਾ ਪੁੱਤ ਹੋ ਕੇ ਤੇ ਨਸ਼ਾ ਕਰਦਾ ਫਿਰਦਾ। ਵੀਰੇ ਤੇ ਬਾਪੂ ਨੂੰ ਨਾ ਦੱਸੀ ਪਲੀਜ਼ ਬੇਬੇ। ਦੱਸੀ ਨਾ ਵੇਖ ਬਾਪੂ ਜੀ ਨੀ ਤਾਂ ਵੀਰੇ ਨੂੰ, ਛੱਡ ਮੇਰੀ ਬਾਂਹ, ਜ਼ਿਆਦਾ ਹੀ ਚਾਂਬਲਿਆ ਫਿਰਦਾ। ਲੱਗਦਾ ਭੈਣ ਜੀ ਸੁੱਤੀ ਪਈ ਆ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਮਿੰਦੋ, ਸਤਿ ਸ੍ਰੀ ਅਕਾਲ। ਆ ਬੈਠ, ਚੰਗਾ ਹੋਇਆ ਤੂੰ ਆ ਗਈ, ਮੈਂ ਤੇਰੇ ਕੋਲ ਹੀ ਆਉਣ ਲੱਗੀ ਸੀ। ਅੱਛਾ, ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀਗੀ। ਕਿਹੜੀ ਗੱਲ ਕਰਨੀ ਸੀ? ਮੈਂ ਇਹ ਆਖਦੀ ਸੀ ਜਿਹੜੀ ਤੇਰੀ ਭਤੀਜੀ ਆ ਰਣਜੀਤਾ। ਆਹੋ, ਤੇਰਾ ਭਰਾ ਤੇਰੀ ਭਤੀਜੀ ਦਾ ਰਿਸ਼ਤਾ ਸਾਡੇ ਸ਼ਿੰਦੇ ਵੱਲ ਮੰਨ ਜੂ? ਨਾ ਮੰਨਣ ਨੂੰ ਕੀ ਆ, ਰੱਬ ਬੁਰੀ ਨਜ਼ਰੋਂ ਬਚਾਏ, ਮੇਰਾ ਭਰਾ ਤਾਂ ਅੱਧੀ ਜਵਾਨ ਤੇ ਰਿਸ਼ਤੇ ਨੂੰ ਹਾਂ ਕਰ ਦੂੰ। ਨਾਲੇ ਮੇਰੇ ਭਤੀਜੇ ਦੀਪੇ ਨੂੰ ਕੌਣ ਨਹੀਂ ਜਾਣਦਾ, ਪੂਰੇ ਇਲਾਕੇ ਚ ਨਾਂ ਆ ਉਹਦਾ, ਬੜੇ ਬੜੇ ਬੰਦਿਆਂ ਨਾਲ ਬਹਿਣੀ ਉੱਠਣੀ ਆ। ਤੁਹਾਡੇ ਵਰਗੇ ਸਰਦਾਰਾਂ ਦਾ ਰਿਸ਼ਤਾ ਤਾਂ ਹੱਸ ਕੇ ਲੈਣਗੇ। ਮੈਂ ਹੁਣੇ ਕਰਦੀ ਦੀਪੇ ਨੂੰ ਫੋਨ, ਰੱਬ ਬੁਰੀ ਨਜ਼ਰ ਤੋਂ ਬਚਾਏ, ਨਾਲੇ ਸ਼ਿੰਦੇ ਨੂੰ ਨੱਥ ਪੈ ਜੂ ਜਿਹੜਾ ਵਾਧੂ ਮੰਡੀਰ ਨਾਲ ਤੁਰਿਆ ਫਿਰਦਾ, ਘਰ ਤਾਂ ਟਿੱਕੇ ਬੈਠੂਗਾ। ਜਦੋਂ ਨਕੇਲ ਪਾਉਣ ਵਾਲੀ ਆ ਗਈ, ਤੂੰ ਬਸ ਪਾਣੀ ਵਾਰਨ ਦੀ ਤਿਆਰੀ ਕਰ, ਰੱਬ ਬੁਰੀ ਨਜ਼ਰੋਂ ਬਚਾਏ। ਮੈਂ ਤਾਂ ਅੱਜੇ ਕਰਦੀ ਆ ਫੋਨ ਉਹਨਾਂ ਨੂੰ। ਚੰਗਾ, ਮੈਂ ਚੱਲਦੀ ਆ। ਚੰਗਾ ਮਿੰਦੋ, ਛੇਤੀ ਖੁਸ਼ਖਬਰੀ ਸੁਣਾਈ, ਮੈਂ ਤੇਰਾ ਇੰਤਜ਼ਾਰ ਕਰੂੰਗੀ। ਵਾਹ ਮੇਰੇ ਮਾਲਕਾ, ਸਾਡੇ ਘਰ ਵੀ ਖੁਸ਼ੀਆਂ ਆਉਣਗੀਆਂ, ਸਾਡੇ ਘਰ ਵੀ ਨੌਂ ਬਣ ਕੇ ਧੀ ਆਊਗੀ। ਕਿੰਨਾ ਚੰਗਾ ਸਮਾਂ ਹੋਊਗਾ, ਖੁਸ਼ੀਆਂ ਹੀ ਖੁਸ਼ੀਆਂ ਸਾਡੇ ਵਿਹੜੇ ਹੋਣਗੀਆਂ। ਇਸ ਘੜੀ ਦਾ ਤਾਂ ਮੈਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੀ ਸੀ। ਸਰਦਾਰ ਜੀ, ਮੈਂ ਨਿਆਣਿਆਂ ਨੂੰ ਜਿਹੜਾ ਚਾਹ ਦਿਆ ਵਾ, ਲੱਗਦਾ ਹਲੇ ਤੱਕ ਉੱਠੇ ਨਹੀਂ। ਵੇਖੀ ਸਰਦਾਰਨੀਏ, ਬੜਾ ਨਵੀਂ ਨਵੀਂ ਨੂੰਹ ਦਾ ਚਾਹ ਚੜਿਆ। ਆਹੋ ਇੱਦਾਂ ਹੀ ਆ, ਫਿਰ ਮੈਂ ਆਉਣੀ। ਪੁੱਤ ਰਣਜੀਤਾ, ਆ ਤੁਹਾਡੇ ਦੋਵਾਂ ਵਾਸਤੇ ਚਾਹ ਲੈ ਕੇ ਆਈ ਸੀਗੀ। ਹਜੇ ਉੱਠਿਆ ਨੀ ਮੇਰਾ ਸ਼ਿੰਦਾ? ਨਹੀਂ ਮੰਮੀ ਜੀ, ਹਜੇ ਨਹੀਂ ਉੱਠਿਆ। ਰਣਜੀਤਾ ਨੂੰ ਕੀ ਹੋਇਆ? ਇਹਨੇ ਇੱਦਾਂ ਬੂਹਾ ਖਾਤੋਂ ਪੇਟ ਲਿਆ। ਮੇਰੇ ਤਾਂ ਹਾਲੇ ਇਹਨਾਂ ਦੇ ਵਿਆਹ ਵਾਲੇ ਚਾਅ ਵੀ ਨਹੀਂ ਸੀ ਪੂਰੇ ਹੋਏ। ਧੀਏ, ਕਰ ਮੌਜਾਂ, ਸਾਂਭ ਘਰ ਆਪਣਾ। ਐਡੀ ਕੋਠੀ ਪੂਰੇ ਪਿੰਡ ਚ ਨਹੀਂ ਹੋਣੀ, ਨਾਲੇ ਸਾਰੇ ਪਿੰਡ ਚ ਸਰਦਾਰਾਂ ਦੇ ਕਹਿ ਕੇ ਵੱਜਦੇ ਆ। ਰੱਬ ਬੁਰੀ ਨਜ਼ਰੋਂ ਬਚਾਏ, ਉਂਝ ਬੰਦੇ ਬੜੇ ਸਾਊ ਨੇ। ਭੂਆ ਜੀ, ਮੈਨੂੰ ਪਤਾ ਲੱਗਿਆ ਮੁੰਡਾ ਨਸ਼ੇ ਬਹੁਤ ਕਰਦਾ। ਚੁੱਪ ਕਰ ਜਾ, ਲੋਕ ਤਾਂ ਕੁੱਤੇ ਬਥੇਰਾ ਕੁਝ ਭੌਂਕਦੇ ਨੇ। ਨਸ਼ੇ ਕਰਦਾ, ਇੰਨਾ ਸੋਹਣਾ ਸੁਨੱਖਾ ਲੰਮਾ ਝੰਮਾ, ਕੌਣ ਕਹਿੰਦਾ ਛਿੰਦਾ ਨਸ਼ੇ ਕਰਦਾ? ਜੇ ਕਰਦਾ ਵੀ ਹੋਊਗਾ ਤਾਂ ਤੂੰ ਉਠਾ ਲਈ। ਬੰਦੇ ਵਿਆਹ ਤੋਂ ਪਹਿਲਾਂ ਬਥੇਰਾ ਕੁਝ ਕਰਦੇ ਨੇ, ਬਾਲੀਆਂ ਬਾਤਾਂ ਨਾ ਪਾ। ਪਿੱਛਾ ਦੇਖ ਆਪਣਾ, ਕੱਚੇ ਢਾਰੇ ਤੇ ਬੈਲੀਆਂ ਦਾ ਲਾਣਾ। ਰੱਬ ਬੁਰੀ ਨਜ਼ਰੋਂ ਬਚਾਏ, ਇਹਨੂੰ ਬੈਠੀ ਨੂੰ ਭਲ ਨੀ ਪਚਦੀ। ਬਾਪੂ ਜੀ, ਬੇਬੇ,
हाँ पुत्त। मैं तुहानू ब्याह विच ते नहीं दस सकिया, मैनू गुरी दा फोन आया सी, मेरा कनेडा दा काम बन गया, मैनू एक दो दिन दे विच जाना पैना, मेरी फ्लाइट। पुत्तर परदेसा दा तां ना ही बुरा, पर तेरी खुशी दे विच ही साडी खुशी है। भला केड़ी मां चाहुंदी है कि उहदा पुत्तर उहदी अखां तों दूर होवे, पर मजबूरियां पछोड़े पाई दिंदियां ने। परदेसां दे बछोड़ियां तों तां डर लगदा पुत्तरा, बछोड़े महीनियां तों, कदे कदे सालां तक, सालां तों कदे कदे उमरां दे हो जांदे आ पुत्तरा। तेरे आउंदियां नूं खबरां सी होणा कि नहीं होणा। वैसे पुत्तरा तेरे सिर तक नूं छत वी आ ते पैली वी बड़ी आ पाउण, अगे तेरी मर्जी आ पुत्तरा, असीं तां तैनूं की कह सकदे। बापू जी इदां क्यों करदे आ, सुख नाल तुहाडे कोल शिंदा ते रंजीता भी हैगे आ, बाकी फिकर ना करो, गुरी मैनू कहिंदा सी मैं एक दो साल दे विच ही पक्का हो जाणा, फिर मैं तुहानू दोनों नू बुला लैणा। चंगा बापू जी, अपना ख्याल रखियो। जिउंदा वसदा रहि पुत्तरा। चंगा बेबे। बेबे मैं तेरी कुख दा कर्ज ते नहीं चुका सकदा, फिर भी मैं कोशिश करांगा सारी दुनिया दियां खुशियां तेरी झोली पा सकां। चुदारे पुत्तर। चंगा पुत। ठीक है वीर जी। चंगा वे शिंदे। चंगा भाई। सॉरी मम्मी जी, फीवर सीगा मैनू थोड़ा जिहा। चंगा बेबे। बापू चंगा बेबे आने रंजीता बैठ तू चलिए, मां हुण ओ जमाना नहीं रहा, हुण सदिया बदल गईआं वा। अज दे न्याणे हाँ ते हूँ नहीं कहन देंदे, मैं की सोचिया सी ते की हो गया, बगानी धी नूं भी की कहना जद अपना ही सिक्का खोटा होवे। चल मित्रा हुण तां साइकिल भी नहीं खिंचदे गोडे। आ की ड्रामा करी जांदी आ। कबड़ोबड़ी का स्यापा नहीं मुकदा, चार सुलसा के ना होर भी कम धंधे करने। रणजीता चाह लैके नहीं आई है, छिंदे का तेन पता नशे च रुझा रहा, अमर सिर ते मैं कोई फिक्र नहीं सी हुंदा। लो आ गई रणजीता। हाँ पूरा पुर करती रहने ना। इनू की होया अज सवेरे सवेरे? न्याणा थक जांदा सारी दिहाड़ी काम करदा करदा, तुहानू पता ही है मेरी तां हुण सेहत ठीक नहीं रहिंदी, बीपी मेरा रोज बधिया रहिंदा। चलो छड़ो तुसी चाह पियो। ओ ठोलू सालिया पार्टी करला तेरे शरीक आया ओए। मैं नहीं करनी कोई पार्टी पूर्टी, मेरे भरा होए नु तो 10 साल हो गए, तुहाडियां पार्टियां नहीं मुकदियां। तू सालिया रोंदा रिया कर, जा जाके बोतल फड़ के लिया जा, पार्टी नहीं करनी कहिंदा तू, आ चक बोतल। राणे पैग पा।
पैग पा पैग। चको चीयर्स। हेलो, हाँ जी किथे हो? तेनू किथे लगदा आ? मैं ना सब जानदी हाँ। हुणे तुसी मेरे सौंकण दारू दे नाल जे पीनी है ना ते घर आके पी लो। अज मैं मुर्गा बनाया। ओ आउंदा आ ए तां आउंदे आउंदे ही उतर जाणी आ। तेरे हत्थों आके भी ला लांगे। चल रख फोन मेरी गुगलो मुगलो। भाभी पैग आप लवाउंदी ओए। वह भी मुर्गे ना घर वाली होवे तो इदा दी आ साडे वालियां देख ला। चाह भी पुछ दियाँ वह भी नहीं चजना। साडे लई ते भरावा मसरां दी दाल ही मुर्गा। चलो चको निकलीए फड़ बोतल। ओए मुर्गा आ ताडे पुत दी फरमाइश सी। ताड़ी मूंगी मसरी दा आ पतीले च पाई आ। आ की चंद चाड़ता जे नहीं खाना सी ता किसे होर लई ते रख लेने मेरे लई ते खलारा पाता। छिंदे दा इन्ना बेड़ा बह गया हुण एहो जिया चीजा घर भी लैण लग पिया। अज आण दे उसनू मैं पुछदी आ। साडा ना धर्म भ्रष्ट करो। वड्डी आई धर्म वाली बहुत चला लिया तुसी चम दियां। हुण ता ओही हो जो रंजीता कहू। जे नहीं चंगे लगदे ते सानू जुदा कर दे। सानू साडा हिस्सा बंदा दे। तेरे मुंहों एहो जिया गल्लां चंगियां नहीं लगदियां। धी बना के लियाई सी तेनू पल्ले च पा के। हले एक महीना होया तेनू व्याह के आई नूं ते घर दियां वंडियां पाउण दी वी गल करन लग पई। मेरे तां लेख सड़ गए। मेरी भूआ ने मैनू किहो जिहे घरे लै के सुट्टिया। मैं तां हां नहीं सी करदी इस रिश्ते नूं। आहो आहो तेरे लेख सड़ गए। इह तां मिंदो ने खरा साडे नाल कादा वैर कड्डिया। एहो जी माड़े लाने दी आई सारा घर ही खेर खरू करके रख दित्ता। तेरे घराने ते जाण दी लोड़ नहीं आ तेनू। पानी लिया बलबीरो बोलता सही कुड़िया डॉक्टर को बुला कर। हाँ 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 तू ठीक हो जाना। हाँ 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 मैं तो पाठ कर दी पी सी डैडी जी मैं तो पता ही नहीं की हो गया। मैं डॉक्टर नु बुलावा। छिंदे नु भी बुला ला के छेती। सस्रीकाल ਹੁਣ ਦੱਸ ਭੈਣ ਕੀ ਗੱਲ ਆ? ਦੇਖ ਵੀਰਾ ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਆ। ਛਿੰਦਾ ਇੰਨੇ ਨਸ਼ੇ ਕਰਦਾ। ਸੱਸ ਵੀ ਉਹੋ ਜਿਹੀ ਮਿਲ ਗਈ ਮੈਨੂੰ ਤੇ ਸਹੁਰਾ ਵੀ ਉਹੋ ਜਿਹਾ। ਹੁਣ ਤੁਸੀਂ ਮੈਨੂੰ ਇਸ ਘਰ ਦੇ ਵਿੱਚ ਫਾਹੇ ਲਾਇਆ। ਹੁਣ ਜੋ ਕਰਨਾ ਤੁਸੀਂ ਆਪੇ ਦੱਸ ਦਿਓ। ਫਿਕਰ ਨਾ ਕਰ ਭੈਣ, ਅੱਜ ਮੈਂ ਸਾਰੇ ਮਸਲਿਆਂ ਦਾ ਹੱਲ ਕਰ ਦੇਣਾ। ਤੂੰ ਬਸ ਗਲਾਸੀਆਂ ਲਿਆ, ਬੋਤਲ ਮੈਂ ਲੈ ਕੇ ਆਇਆ। ਆਉਣ ਦੀ ਜ਼ਰਾ ਛਿੰਦੇ ਨੂੰ, ਉਹਨੂੰ ਪਹਿਲਾਂ ਟੈਟ ਕਰਦੇ ਹਾਂ, ਬਾਅਦ 'ਚ ਅੱਜ ਬੁੜੇ ਦੇ ਨਾਲ ਸਾਰੀ ਗੱਟਮੈਂਟ ਕਰਕੇ ਤੇਰਾ ਕੰਮ ਕਰਕੇ ਜਾਊਂਗਾ। ਤੈਨੂੰ ਇਸ ਘਰ ਦੀ ਮੈਂ ਰਾਣੀ ਬਣਾ ਦੂੰਗਾ। ਰਾਣੀ ਠੀਕ ਹੈ। ਬਸ ਤੂੰ ਕਲਾਸੀਆਂ ਲਿਆ। ਹੁਣ ਆਇਆ ਊਠ ਪਹਾੜ ਦੇ ਥੱਲੇ। ਵੱਡੇ ਸਰਦਾਰ ਕਹਾਉਂਦੇ ਸੀ, ਸਰਦਾਰ ਨਹੀਂ ਤਾਂ ਮੇਰੀ ਭੈਣ ਹੀ ਬਣੀ। ਇਸ ਕੋਠੀ ਦੀ ਤੇ ਜ਼ਮੀਨ ਦੀ ਓ ਬੱਲੇ
ਕਿੱਦਾਂ ਪ੍ਰਾਹਣਿਆ? ਵਧੀਆ ਵਧੀਆ ਸਾਲਾ ਸਾਹਿਬ, ਤੁਸੀਂ ਸੁਣਾਓ। ਬਸ ਤੈਨੂੰ ਮਿਲਣ ਆਇਆ ਸੀ। ਅੱਛਾ, ਓਏ ਤੂੰ ਤਾਂ ਪਹਿਲਾਂ ਹੀ ਉਧੜਿਆ ਫਿਰਦਾ। ਮੈਂ ਤੇਰੇ ਲਈ ਵਲੈਤੀ ਬੋਤਲ ਲੈ ਕੇ ਆਇਆ। ਓ ਕੋਈ ਚੱਕਰ ਨੀ, ਜੱਟ ਤਾਂ ਡਰੰਮ ਪੀ ਕੇ ਨੀ ਘਟਾਰ ਮਾਰਦਾ। ਮੈਂ ਦੱਸੂ, ਤੂੰ ਪੈਗ ਪਾ। ਚੱਕ ਫੇ, ਤੂੰ ਪੈਗ ਪੀ ਛਿੰਦਿਆ, ਪੈਗ ਪੀ। ਤੂੰ ਵੀ ਚੱਕ ਫਿਰ। ਹੋਰ ਸੁਣਾ ਛਿੰਦਿਆ, ਕਿੱਦਾਂ? ਵਧੀਆ ਵਧੀਆ। ਹੁਣ ਬੋਤਲੇ ਮਗਾਏਗਾ? ਉਹ ਪੀ ਲੈਣ ਦੇ, ਮਸੀ ਦਾ ਤੂੰ ਆਇਆ ਵਾ। ਪੀ ਪੀ ਨਾਲ ਹੀ ਪੀ। ਉਹ ਬੱਲਿਆ, ਜਮ ਜਮ ਪੀ। ਠੀਕ ਆ ਬੱਲਿਆ ਬਾਬੂਆ। ਭੈਣ ਆ ਗਈ ਵੀਰੇ, ਮੈਂ ਰਸੋਈ ਚ ਸੀਗੀ। ਹਾਂਜੀ ਵੀਰੇ, ਦੱਸੋ। ਚੱਲ ਹੁਣ ਬੁੜੇ ਨਾਲ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ ਮਾਸੜ ਜੀ। ਸਤਿ ਸ਼੍ਰੀ ਅਕਾਲ ਪੁੱਤ। ਲੱਗਦਾ ਸੁੱਤੇ ਪਏ ਸੀ। ਅਹੀਂ ਆ ਜਾ ਬਹਿ ਜਾ ਦੀਪਿਆ, ਹੋਰ ਸੁਣਾ ਘਰ ਪਰਿਵਾਰ ਕਿਵੇਂ? ਬਸ ਵਾਹਿਗੁਰੂ ਦੀ ਕਿਰਪਾ। ਮਾਸੀ ਦਾ ਤਾਂ ਔਖਾ ਹੋ ਗਿਆ ਮਾਸੜ ਜੀ, ਪਤਾ ਨਹੀਂ ਇੱਦਾਂ ਕਿੰਨਾ ਚਿਰ ਮੰਜੇ ਤੇ ਰਹੂਗੀ। ਇਹਦੇ ਨਾਲੋਂ ਤਾਂ ਰੱਬ ਬੰਦੇ ਨੂੰ ਪਰਦਾ ਦੇ ਦੇਵੇ। ਹੋਰ ਤੁਹਾਡੀ ਸਿਹਤ ਕਿੱਦਾਂ, ਠੀਕ ਰਹਿੰਦੀ ਹੈ? ਆ ਬਸ ਪੁੱਤਰਾ, ਮੇਰਾ ਵੀ ਬੀਪੀ ਜਿਹਾ ਵੱਧਦਾ ਰਹਿੰਦਾ, ਤੇਰੀ ਮਾਸੀ ਦਾ ਫਿਕਰ ਜਿਹਾ ਲੱਗਿਆ ਰਹਿੰਦਾ। ਇਹ ਤਾਂ ਹੈ ਮਾਸੜਾ, ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਆ ਛਿੰਦੇ ਦਾ ਤਾਂ ਤੁਹਾਨੂੰ ਪਤਾ ਹੀ ਆ, 24 ਘੰਟੇ ਨਸ਼ੇ ਚ ਗੁੱਟ, ਚੜ੍ਹਦੀ ਲਹਿੰਦੀ ਦੀ ਉਹਨੂੰ ਕੋਈ ਖਬਰ ਨਹੀਂ। ਤੁਹਾਡਾ ਵੀ ਬਿਮਾਰਾਂ ਦਾ ਕੋਈ ਹਾਲ ਨਹੀਂ ਪੁੱਛਦਾ। ਮੈਂ ਸੋਚਦਾ ਆ ਮੇਰੀ ਭੈਣ ਦਾ ਕੀ ਬਣੂ ਜੇ ਕੱਲ੍ਹ ਨੂੰ ਤੁਹਾਡੇ ਨਾਲ ਕੋਈ ਹੀਮਕੀਮ ਹੋ ਗਈ। ਬਸ ਇਹੀ ਫਿਕਰ ਜਿਹਾ ਲੱਗਾ ਰਹਿੰਦਾ। ਨਾਲੇ ਅਮਰ ਦਾ ਬਾਹਰ ਗਏ ਦਾ ਕੀ ਪਤਾ, ਕਦ ਆਵੇ ਜਾਂ ਨਾ ਆਵੇ। ਜੇ ਆਊਗਾ ਵੀ ਤਾਂ ਹਫ਼ਤੇ ਦੋ ਹਫ਼ਤੇ ਲਈ। ਮੇਰੀ ਮੰਨੋ, ਤੁਸੀਂ ਆ ਇੱਕ ਨਿੱਕਾ ਜਿਹਾ ਕੰਮ ਕਰ ਦੋ। ਆ ਮੇਰੀ ਛੋਟੀ ਭੈਣ ਉੱਧਰ ਹੀ ਫਿਰਦੀ ਆ, ਆ ਕੋਠੀ ਤੇ ਜ਼ਮੀਨ ਜੇ ਰਣਜੀਤਾਂ ਦੇ ਨਾਂ ਲਵਾ ਦੋ। ਨਾਲੇ ਅੱਗਾ ਤੱਗਾ ਵੀ ਤਾਂ ਤੁਹਾਡਾ ਉਹੀ ਕਰਦੀ ਆ, ਪਾਨੀ ਕਾਰ ਵੀ ਤਾਂ ਮੇਰੀ ਭੈਣ ਹੀ ਆ, ਤੇ ਗਾਂ ਵੀ ਤੁਹਾਡਾ ਅੱਗਾ ਤੱਗਾ ਕਰਦੀ ਰਹੂ। ਬਸ ਕਰੋ ਕਾਕਾ, ਤੂੰ ਭੈਣ ਘਰ ਪ੍ਰਾਹੁਣਾ ਬਣ ਕੇ ਆਇਆ, ਪ੍ਰਾਹੁਣਾ ਬਣ ਕੇ ਰਹਿ। ਇਹ ਸਾਰੀ ਜ਼ਮੀਨ ਜਾਇਦਾਦ ਮੇਰੇ ਦੋਵਾਂ ਪੁੱਤਰਾਂ ਦੀ ਆ, ਤੈਨੂੰ ਸਾਡੇ ਪਰਿਵਾਰ ਵਿੱਚ ਦਖਲ ਕਰਨ ਦੀ ਕੋਈ ਲੋੜ ਨਹੀਂ। ਇਹ ਜ਼ਮੀਨ ਮੇਰੇ ਦੋਵਾਂ ਪੁੱਤਰਾਂ ਦੀ ਆ, ਇਸ ਘਰ ਦਾ ਮਾਲਕ ਮੈਂ ਜਿਉਂਦਾ। ਮਾਸੜਾ, ਦਖਲ ਦੇਣਾ ਤਾਂ ਮੇਰਾ ਬਣਦਾ, ਕਿਉਂਕਿ ਮੈਂ ਭੈਣ ਦਿੱਤੀ ਇਸ ਘਰ ਦੇ ਵਿੱਚ। ਜਿੰਨਾ ਹੱਕ ਅਮਰ ਤੇ ਛਿੰਦੇ ਦਾ ਇਸ ਕੋਠੀ ਤੇ ਜ਼ਮੀਨ ਦੇ ਵਿੱਚ ਆ, ਉਹਨੇ ਮੇਰੀ ਭੈਣ ਰਣਜੀਤਾ ਦਾ, ਤੇ ਹੱਕ ਕਿੱਦਾਂ ਦਵਾਉਣਾ ਉਹ ਮੈਨੂੰ ਚੰਗੀ ਤਰ੍ਹਾਂ ਪਤਾ। ਹੁਣ ਮਾਸੜਾ, ਤੇਰਾ ਹੱਥ ਆਪ ਗੂਠਾ ਲਾਉਂਦਾ ਕਿ ਮੈਂ ਫੜਕੇ ਲਵਾਂ? ਲਿਆ ਭੈਣ ਜਰਾ ਪੁੜੇ ਦਾ ਗੂਠਾ ਤਾਂ ਲਵਾਈਏ। ਮੰਦੀ ਨਾ ਮਾਜਾ, ਪਰ ਕਿੱਥੇ ਜੜਸਾਂ ਮੰਦੀਆਂ। ਲੈ ਭੈਣ, ਮਾਸੜ ਹੋਣੀ ਤਾਂ ਚੱਲਦੇ ਹੋ, ਲੋ ਆ ਗੂਠਾ ਤੇ ਬਣ ਜਾ ਇਹਨਾਂ ਮਹਿਲਾਂ ਤੇ ਜ਼ਮੀਨ ਦੀ ਮਾਲਕਣ।
लकारी चा अपनिया पूरिया माता माफ करी मेतों ए अपनी भैन करके पाप हो गया। जे तू चाहनी आ मासड़ दे नाल मासी भी तोर दईए नहीं जेनू रब मारे ओनू जग क्यों मारे रणजीता ले कर दे फोन वार अमर नू के मासड़ हुनी चढ़ाई कर गए ले कुड़िए अपने जेठ अमर नू फोन कर के तेरा बापू चढ़ाई कर गया। हेलो हेलो हाँ जी वीरे आपा लुटे गए अपना कख नहीं रहा है। ए तू रंजीता की कह रही है डैडी जी आपा नु सदन ले छड़ के चले गए बापू ना ना पे बापू उठता सही देख तेरा पोता आ गया आगी हो गया मां चला गया मां तकड़ी हो के शिया तकड़ी हो माई दा ख्याल भी तुसी रखना क्योंकि एनू देखण नू तां होर कोई नहीं थोड़े दोनों तो अलावा और तुसी साथ देना दोनों ने। Thank you.